ha traído de ahora la máquina de la otra. Hi.
پوری توجہ، بڑا خوبصورت شعر، شام
ਨਿਆਦੇ ਨੂੰ ਸਾਹਿਬ ਸਭ ਦਾ ਪ੍ਰਧਾਨ ਇਹ ਕੌਣ ਹੈ ਰਾਇਨਾ ਜ਼ਹਰਾ ਦੀ ਜ਼ਹਰਾ ਦੀ ਜਿੰਦ ਫਿਰਾ ਮਾਰੇ ਗਏ ਪੁੱਤਰ ਮਾਰੇ ਗਏ ਮਹਿਮਾਨ ਮਾਰੇ ਗਏ ਇੱਕ ਬਿਮਾਰ ਨੂੰ ਨਾਲ ਲਾ ਕੇ ਤੰਗ ਬਾਰ ਚਾ ਗਈ ਦੀਨ ਦੀ ਬਗਾਵਤ ਪੂਰੀ ਤਵੱਜੋ ਸ਼ਾਮ ਦਾ ਵਕਤ ਸ਼ਾਮ ਦਾ ਸ਼ਹਿਰ ਕੌਣਾ ਫੜੀਆਂ ਅਲੀ ਦੀਆਂ ਧੀਆਂ ਤੈਨੂੰ ਯਕਨ ਮੁਅੱਜ਼ਿਨ ਆਖੇ ਅੱਲਾਹੁ ਅਕਬਰ ਮੇਰੇ ਸੁਨੀਸ਼ੀਆ ਭਾਈਓ ਹੁਸੈਨ ਮੁਹਸਨ ਇਨਸਾਨੀਅਤ ਮੇਰੇ ਪਾਸੇ ਦੇਖੇ ਅੱਲਾਹੁ ਅਕਬਰ ਜਿਵੇਂ ਬਿਮਾਰ ਪੁੱਤਰ ਸੁਰਦਾਂ ਦਾ ਧੀਵੇਂ ਦੇ ਲੈ ਦੇ ਨਾਲ ਦੀ ਲਾਲ ਸੁਣਦਾ ਪਿਆ ਸ਼ਹਿਰ ਤਾਂ ਮੁਸਲਮਾਨਾਂ ਦਾ ਯਾਰ ਮੈਂ ਸਮਝਾ ਨਹੀਂ ਪਿਆ ਸਕਦਾ ਸ਼ਹਿਰ ਤਾਂ ਮੁਸਲਮਾਨਾਂ ਦਾ ਤੇ ਜਿਹਦਾ ਕਲਮਾ ਪੜ੍ਹਦੇ ਮੈਂ ਉਸੇ ਨਬੀ ਦੀ ਧੀ ਦੀ ਧੀ ਹਾਂ ਮੈਂ ਸੱਜ ਕੇ ਸੀਵਾਂ ਯਮੋ ਦੇ ਨਾਥੇ ਅਸ਼ਹਦੁ ਅੱਲਾ ਇਲਾਹਾ ਇਲੱਲਾ ਆਦੀ ਵਾਹਦਹੁ ਲਾ ਸ਼ਰੀਕ ਅੱਲਾ ਤੇਰੀ ਇਸੇ ਗਵਾਹੀ ਵਾਸਤੇ ਇੱਕ ਤਾਂ ਮੈਂ ਆਪ ਕੜੀਆਂ ਪਾਈਆਂ ਤੇ ਮੈਂ ਕੱਲੀ ਨਹੀਂ ਆਈ ਤਰਾਏ ਫਰਜਾਈਆਂ ਮੇਰੇ ਨਾਲ ਅਸ਼ਹਦੁ ਅੱਲਾ ਮੁਹੰਮਦ ਰਸੂਲ ਅੱਲਾ ਅੱਖੀ ਵਾਸ ਪਾਈਆਂ ਮਦੀਨੇ ਦੇ ਪਾਸੇ ਨੂੰ ਕਰਕੇ ਆਦੀ ਨਾਨਾ ਨਾਨਾ ਸ਼ੁਕਰ ਹੈ ਤੇਰੀਆਂ ਆਜ਼ਾਨਾਂ ਪਈਆਂ ਮਿਲਦੀਆਂ ਬੱਤੀਆਂ ਬਲ ਗਈਆਂ ਤੇ ਮੈਂ ਨੰਗੇ ਸਰ ਬਾਜ਼ਾਰ ਪਈਆਂ ਨਹੀਂ ਆਬਾਦ ਰਹੋ ਸਲਾਮਤ ਰਹੋ ਸ਼ੋਰ ਹੋਰ ਮੱਚਿਆ ਕੈਦੀ ਆਏ ਬਾਗੀ ਆਏ ਮੇਰੇ ਆਖਾ ਹੁਸੈਨ ਦੇ ਸੀਨੇ ਦਾ ਤਾਵੀਰ ਮੇਰੀ ਸੈਣ ਸਕੀਨਾ ਇਹ ਜਿਹੜਾ ਹਜੂਮ ਦਿੱਤਾ ਹੈ ਨਾ ਤੇ ਇਸਤਕਬਾਲ ਸੀਂਦਾ ਰਿੱਠਾ ਲਿਬਾਸ ਰੰਗ ਤਬਦੀਲ ਕੀਤਾ ਹੈ ਸਮਝ ਨਹੀਂ ਪਈ ਆਉਂਦੀ ਸੀਨੇ ਦੇ ਲਹਿਜੇ ਨਾਲ ਪੁੱਛਿਆ ਅੰਮਾ ਅੰਮਾ ਹੈ ਮੁਸਲਮਾਨ ਆਵਾਜ਼ ਹੈ ਹਾਂ ਸਕੀਨਾ ਆਦੀ ਅੰਮਾ ਕਹੇ ਇਹ ਜੇ ਮੁਲਕ ਤੇ ਗਏ ਉੱਥੇ ਆ ਜਿੱਥੇ ਮੁਸਲਮਾਨ ਨਾ ਹੋਵੇ ਹੁਸੈਨ ਦੇ ਆਉਣ ਵਾਲੇ ਬੀਬੀ ਆਦੀ ਸਕੀਨਾ ਕਿਸੇ ਹਜੂਮ ਵਿੱਚ ਤਾਂ ਮੈਂ ਤੇਰੇ ਬਾਬੇ ਦੀ ਨਮਾਜ਼ੀ ਹੋਵਣ ਦੀ ਗੱਲ ਹੀ ਜੇ ਮਿਲੀ ਮੇਰੇ ਸਰਦਾਰ ਸਵਾਲ ਕੀਤਾ ਹੈ ਕਿ ਇਹ ਕਿਹੜੇ ਇਸਤਕਬਾਲ ਹੈ ਮੈਂ ਸੈਦਾ ਮੈਂ ਤਾਂ ਸਿਰਫ ਇਸ਼ਾਰਤਨ ਪੜ੍ਹ ਸਕਦਾ ਕਿ ਬੜਾ ਅਜੀਬ ਇਸਤਕਬਾਲ ਹੋਇਆ ਹੈ ਜੋ ਲਿਬਾਸ ਰੰਗ ਤਬਦੀਲ ਕੀਤਾ ਅੰਮਾ ਕਹੇ ਜੇ ਮੁਲਕ ਗਏ ਉੱਥੇ ਆ ਜਿੱਥੇ ਮੁਸਲਮਾਨ ਨਾ ਹੋਵੇ ਨਾ ਬੀਬੀ ਆਦੀ ਸਕੀਨਾ ਖਬਰਾ ਨਹੀਂ ਹਿੱਕ ਹਿੱਕ ਮੋੜ ਤੇ ਤਾਂ ਮੈਂ ਦੱਸਣਾ ਕਿ ਮੈਂ ਨਵਾਜ਼ੀ ਦੀ ਭੇਂਗ ਮੈਂ ਕੋਈ ਜ਼ਿਆਦਾ ਨਹੀਂ ਪੜ੍ਹਨਾ ਬਹੁਤ ਜ਼ਿਆਦਾ ਪੜ੍ਹ ਗਿਆ ਥੋੜ੍ਹਾ ਜਿਹਾ ਮੈਂ ਹੋਰ ਪੜ੍ਹਨਾ ਹੈ ਕਿਉਂਕਿ ਮੇਰਾ ਵਕਤ ਇਤਨਾ ਹੈ ਨਿਆਜ਼ ਹੁਸੈਨ ਤਵੱਜੋ ਇਸੇ ਹਿੱਕ ਇੱਕ ਮੋੜ ਤੇ ਬੀਬੀ ਆਦੀ ਮੈਂ ਦੱਸਣਾ ਹੈ ਕਿ ਮੈਂ ਨਵਾਜ਼ੀ ਦੀ ਭੇਂਗ ਮੇਰੀ ਸੈਣ ਸਕੀਨਾ ਦਾ ਸਵਾਲ ਸੁਣਾ ਜਾਂ ਇਰਾਦਾ ਕੀਤਾ ਮੇਰੇ ਆਕਾ ਹੁਸੈਨ ਦਾ ਸਾਰੇ ਸ਼ਾਨ ਤੇ ਹਾਏ 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 ਇਰਾਦਾ ਕੀਤਾ ਦੇਖਾਂ ਤੇ ਦੱਸਾਂ ਹੁਸੈਨ ਦੇਖ ਤਾਂ ਸਹੀ ਮੇਰੀ ਤਬਲੀਗ ਸੌਖੀ ਤਾਂ ਨਹੀਂ ਯਾ ਸ਼ਹੀਦ ਆਦਮ ਦੀ ਅੱਖਾਂ ਬੰਦ ਹੋਈਆਂ ਭੇਣ ਬਿਰਾਦ ਤੜਫ ਰਿਖਾ ਅੱਖੀ ਬੰਦ ਮੇਰੀ ਸੈਨ ਦੀ ਅੱਖੀ ਵੱਖਣੀਆਂ ਸ਼ੁਰੂ ਹੋਈ ਬਿਰਾਦ ਪਾਸ ਵੇ ਕੇ ਆਦੀ ਅੱਖ ਬੰਦ ਨਾ ਕਰ ਮਜ਼ਲੂਮ ਭਰਾ ਐਸਾ ਬੁਰਾ ਦਾ ਸੁਲਤਾਨ ਤਹਿਨ ਤੰਗ ਗਲੀਆਂ ਬਾਜ਼ਾਰ ਦੀਆਂ ਭੇਣੀ ਤੇ ਕਰ ਐਸਾ ਕਿਹੜਾ ਤੂੰ ਸਾਗ ਤੇ ਪੜ ਪੁਰਾਣੇ ਮੈਂ ਤੂੰ ਸ਼ਾਮ ਦੀਆਂ ਵਸਦੀਆਂ ਇਹ ਔਰਤਾਂ ਪੁੱਛਦੀਆਂ ਓ ਮੈਂ ਤੂੰ ਸ਼ਾਮ ਦੀਆਂ ਵਸਦੀਆਂ ਪੁੱਛਿਆ ਕਿਨ ਗਏ ਤੇਰੇ ਪਰਦਿਆਂ ਦਾ ਨਿਗਰਾ ਕਹਿ ਦਿਆ ਹੈ ਬੋਲ ਗਿਆ ਹੈ
ਦੀ ਆਈ ਏ ਕਹੇ ਆਵਾਜ਼ ਤੇ ਨਹੀਂ ਬੋਲੀ ਜਾਂ ਇੱਕ ਆਵਾਜ਼ ਸੁਣੀ ਆਵਾਜ਼ ਪਈ ਆਉਂਦੀ ਮੈਂ ਕੋਈ ਦੱਸੋ ਕਿਹੜੀਆਂ ਬਾਗੀ ਦੀਆਂ ਸੀ ਮੇਰੀ ਸਹਿਣਾ ਦੀ ਅੰਮਾ ਫਿਰਦਾ ਜਲਦੀ ਕਰ ਵੰਜ ਲੱਗੀ ਵੰਜ ਉਹ ਸਾਹਮਣੇ ਮਕਾਨ ਦੀ ਛੱਤ ਤੇ ਜਿਹੜੀ ਔਰਤ ਖੜੀ ਏ ਬਾਰ ਬਾਰ ਮੇਰੇ ਭਰਾ ਨੂੰ ਬਾਗੀ ਪਈ ਸਜੇਗੀ ਅੰਮਾ ਮੇਰੀ ਤਰਫੋਂ ਮੰਨ ਕੇ ਆ ਤੂੰ ਨਹੀਂ ਜਾਣਦੀ ਜੋ ਗਰੀਬ ਦੀਆਂ ਫੇਰੇ ਬਾਜ਼ਾਰ ਆਈਆਂ ਹੋਣੀਆਂ ਖਬਰਦਾਰ ਖਬਰਦਾਰ ਸਬੂਤ ਮੰਗਦੀ ਏ ਮਕਾਨ ਦੀ ਛੱਤ ਤੂੰ ਲਹਾ ਆ ਮੈਂ ਤੇ ਤੂੰ ਦੱਸਾਂ ਮੈਂ ਨਮਾਜ਼ ਜੀ ਦੇਣਾ ਗਈ ਫਾਜੀ ਤੂੰ ਸੁਣ ਲੈ ਜੀ ਏ ਆਦੀ ਅੰਮਾ ਜਦੋਂ ਮੈਂ ਮਦੀਨੇ ਵਸਦੀ ਆ ਇੱਥੇ ਔਰਤ ਤੂੰ ਮੈਂ ਆਪ ਕੁਰਾਨ ਪੜ੍ਹੇਂਦੀ ਨਹੀਂ ਆ ਗਈ ਫਾਤੂਈ ਏ ਫੈਸਲਾਬਾਦ ਦੇ ਸ਼ਰੀਫੋ ਜ਼ਈ ਫਟਰੀ ਅੱਜ ਤੂੰ ਨੱਠਾ ਹਰ ਕੋਈ ਬਾਗੀ ਛੱਡੇ ਹੁਣ ਹੰਗਾਰ ਪਈ ਹੋਣੀ ਹੈ ਅਗਰ ਸਬੂਤ ਮੰਗਦੀ ਹੈ ਮਕਾਨ ਦੀ ਛੱਤ ਤੂੰ ਲਹਾ ਆ ਗਰੀਬ ਦੀਆਂ ਭੇਣੀ ਸਬੂਤ ਰਹਿਣੀਆਂ ਇਹ ਔਰਤ ਲੱਥੀ ਹੈ ਚੱਲੀ ਨਹੀਂ ਚਾਰੋ ਕਨਾਲ ਉਹ ਸਾਮਾਨ ਜਿਹੜਾ ਇਸਤਕਬਾਲ ਵਾਸਤੇ ਚਾਹੀਦੀ ਹੈ ਉਹ ਵੀ ਕਾਇਆ ਹੈ ਇਹ ਤੁਰਦੀਆਂ ਦੀ ਹੈ ਅੱਜ ਮੇਰੀ ਸੈਨ ਤੂੰ ਦੂਰ ਆਈ ਜੇ ਉਹ ਵੜਾਈ ਤਾਂ ਮੇਰੇ ਪਾਸੇ ਦੇਖੇ ਜਾਂ ਮੇਰੀ ਸੈਨ ਜਿਲਾਰ ਦੇ ਸਾਹਮਣੇ ਪਾਸੇ ਦੇਖਾ ਹੈ ਆਵਾਜ਼ ਆਇਆ ਹੁਸੈਨ ਮਦੀਨੇ ਤੂੰ ਲੈ ਕੇ ਕਰਬਲਾ ਤੱਕ ਮੈਂ ਮੰਗੀ ਕੁਝ ਨਹੀਂ ਕਰਬਲਾ ਤੂੰ ਸ਼ਾਮ ਤੱਕ ਮੈਂ ਮੰਗਿਆ ਕੁਝ ਨਹੀਂ ਹੁਸੈਨ ਬਾਰ ਫੇਰ ਪਹਿਲੀ ਦਫ਼ਾ ਮੰਗਦੀ ਹੈ ਪਰ ਕੁਰਾਨ ਮੈਂ ਦੱਸਾਂ ਮੈਂ ਨਮਾਜ਼ੀ ਨਹੀਂ ਫੇਰਾ ਘਬਰਾਇਆ ਬੈਠੇ ਥੱਕ ਕੇ ਸੁਣਨਾ ਜ਼ਹਰਾ ਦੇ ਨਾਲ ਦੇ ਤਸੇ ਨਾ ਭੱਲੇ ਇਹ ਜਿਹਾ ਸੋਹਣਾ ਕੁਰਾਨ ਪੜਿਆ ਹੁਸੈਨ ਜਿਵੇਂ ਔਰਤ ਚੁੰਡੀ ਆਉਂਦੀ ਆਈ ਉਹ ਸਾਮਾਨ ਹੱਥੋਂ ਡਹਿ ਪਿਆ ਹੱਥ ਬਣ ਕੇ ਆ ਦੀਏ ਕਹਿ ਦੇਣ ਅੱਲਾ ਦੇ ਨਾਂ ਤੇ ਦਾ ਤੂੰ ਕੌਣ ਏ ਕਾਰੀ ਕਿੱਥੋਂ ਗਏ ਬੀਬੀ ਆ ਦੀਏ ਕਿਉਂ ਪੁੱਛਦੀ ਏ ਆ ਦੀ ਅੱਲਾ ਗਵਾਹ ਏ ਜਿਹਾ ਸੋਹਣਾ ਕੁਰਾਨ ਸਮੇਂ ਨਬੀ ਨੇ ਸੁਣਦੀ ਏ ਸਦਕੇ ਜਿਵੇਂ ਇਹ ਕੁਰਾਨ ਪੜਦਾ ਏ ਸੋਹਣਾ ਕੁਰਾਨ ਤਾਂ ਮੈਂ ਮਦੀਨੇ ਸੁਣਦੀ ਹਾਂ ਕਿਰਿਆਦੀ ਮੇਰਾ ਵੀਰ ਮਦੀਨੇ ਮਦੀਨੇ ਦੇ ਰਸਤੇ ਔਖਾ ਕਿਹੜੇ ਪਾਸੋਂ ਆਉਂਦੇ ਆ ਮੇਰੀ ਸੈਣ ਆ ਜੀ ਜਿਹੜਾ ਰੋਜ਼ਾ ਰਸੂਲ ਦਾ ਸਾਇਆ ਚੱਲਦਾ ਹੈ ਸਾਡੇ ਦੇ ਹਿਰ ਚ ਆ ਜੀ ਕਹਿ ਦੇਣੇ ਨੇ ਨਾ ਤੋ ਤਾਂ ਮੁਹੰਮਦ ਦੀ ਜੀ ਦਾ ਘਰ ਕਿਰਿਆਦੀ ਮੈਂ ਸੱਚ ਕੋਈ ਆ ਜੀ ਨਾਲੇ ਤੂੰ ਲਾਦੀ ਹੈ ਜਿਵੇਂ ਕੁਰਾਨ ਫਰ ਜਿਵੇਂ ਮਦੀਨੇ ਦੇ ਕਾਰੀ ਪੜਦੇ ਪਹਿਲੇ ਤੂੰ ਦੱਸਾ ਤੂੰ ਕੁਰਾਨ ਤੂੰ ਮੈਂ ਕਿੱਥੇ ਹਾਏ 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 ਜਿਹੜਾ ਮੇਰੀ ਸੈਨ ਸਵਾਲ ਕੀਤਾ ਹੈ ਆਪ ਇਹ ਕਹਿੰਦੇ ਨਾਰਾਜ਼ ਨਾ ਹੋਵੇ ਮੈਂ ਕੁਰਾਨ ਤੂੰ ਹੀ ਮੈਂ ਕਿੱਥਾ ਮੈਂ ਕਿੱਥੇ ਆਮ ਹੋ ਤੂੰ ਨਹੀਂ ਪੜਿਆ ਮੇਰੀ ਸੈਨ ਵੀ ਇਹ ਤਾਂ ਮੈਂ ਪੁੱਛਣਾ ਜਲਦੀ ਦੱਸਾ ਕੁਰਾਨ ਕਹਿ ਪੜਾਏ ਅੱਜ ਇਹ ਕਹਿੰਦੇ ਨਾਰਾਜ਼ ਨਾ ਹੋਵੇ ਮੈਂ ਮਜਬੂਰ ਆ ਇਸ ਜਾਤ ਨਾ ਦੱਸ ਸਕਦੀ ਜੀ ਅੱਜ ਇਹ ਕਹੀ ਮਜਬੂਰੀ ਗਈ ਅੱਜ ਇਹ ਕਿਵੇਂ ਦੱਸਾਵਾ ਉਹ ਦੌਲਤ ਦੀ ਪਰਦਾਦਾਰੇ ਤੇ ਬਾਜ਼ਾਰੇ ਮੇਰੀ ਸਹਿਰਾ ਦੀ ਉਹ ਪਰਦਾਦਾਰ ਬਾਹਰ ਚਾਵਲੇ ਸੁਨਾਰ ਗਿਰਦੀ ਅੱਜ ਇਹ ਕਹਿੰਦੇ ਅੱਲਾ ਦੇ ਨਾਂ ਤੇ ਜਨਾ ਮੇਰੀ ਸਹਿਰਾ ਦੀ ਜਦੋਂ ਮੈਂ ਤੂੰ ਸੁਣਾ ਮੈਂ ਉਹਾ ਜ਼ੈਨਬ ਆ ਤੇਰਾ ਮੇਰੀ ਸੈਨ ਆਖਿਆ ਤੂੰ ਮੈਂ ਉਹਾ ਜ਼ੈਨਬ ਆ ਅੱਜ ਇਹ ਜ਼ੈਨਬ ਪੁੱਛਾ ਜ਼ਰੂਰਾ ਜਬਾਵਾ ਰਸੀ ਆਈ ਤੂੰ ਜੋ ਆਦੀ ਮੈਂ ਜ਼ੈਨਬ ਆ ਇਹ ਵੀ ਪੁੱਛਾ ਹਾਂ ਜੋ ਜ਼ੰਜੀਰ ਕਿਉਂ ਪਾਈ ਨਹੀਂ ਅਗਰ ਤੂੰ ਜ਼ੈਨਬ ਹੈ ਮਾਂ ਦੀ ਚਾਦਰ ਦਾ ਵਾਸਤਾ ਹੀ ਇਤਨਾ ਜ਼ਿਆਦਾ ਉਹ ਕਿਨ ਗਿਆ ਹੈ ਜੈ ਕੁੰਗਲੀਆਂ ਨੱਪ ਕੇ ਮੈਂ ਸਦਕੇ ਸੀ ਮਾਂ